किराया इसकी कीमत क्या आपू असा त्रै लख त्रै लख तू आंदा त्री है तू सरदारा कोलो अच्छा दौड़िए के आ ए दड़ी नहीं बगल है अच्छा ये बाल होने ना जी जी ए आर आर बितल बकरी के होने ना जी 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 आम नहीं मार रहा हां तो को जी रोटियां एक पुरानी याद है निकल रहा था चाने सा भूख लगी थी दूध पीनी है इना टेमे दूध देने अच्छा इने क्या खराक बाने हो तो बाहर भी कम किया ने आपने लगे रहे हो आपने लगे बाहर रट्टे तो सारे आने इंग्लैंड होनी ना ਡਡਿਆਲ ਪਲੋਟਰ ਮੁਕਾਮ ਪਰ ਇੱਥੇ ਇੱਕ ਭਾਈ ਹੋਰ ਮਿਲੇ ਨਾ ਤਾਂ ਇਹਨਾਂ ਰੱਖਿਆ ਮਾਸ਼ਾਅੱਲਾ ਇਤਨਾ ਖੂਬਸੂਰਤ ਬੱਕਰਾ ਰੱਖੇ ਆ ਅਸਾਂ ਆਇਆ ਚਲੋ ਤੁਸਾਂ ਵੀਡੀਓ ਪੇਸ਼ ਕਰੀ ਉਹਨਾਂ ਜਿਹੜੇ ਸ਼ੌਂਕੀ ਬੰਦੇ ਹੋ ਇਹ ਬਿੱਤਲ ਬੱਕਰਾ ਆ ਇਤਨਾ ਖੂਬਸੂਰਤ ਬੱਕਰਾ ਇਤਨਾ ਬੜਾ ਬੱਕਰਾ ਆ ਤੱਕੀ ਸੋ ਰਹਿਣ ਹੋਣੇ ਉਸੋ ਮੁਲਾਕਾਤ ਕਰਨੇ ਪੁੱਛਣੇ ਇਤਨਾ ਮਹਿੰਗਾ ਤਾਂ ਬੱਕਰਾ ਕਿਉਂ ਕਿੰਦਾ ਆ ਇਸ ਦੀ ਖਾਸ ਵਜ੍ਹਾ ਕਿਆ ਸੀ ਸ਼ੌਂਕ ਸੀ ਜਾਂ ਹੋਰ ਕੋਈ ਵਜ੍ਹਾ ਸੀ ਅਸਲਾਮ ਅਲੈਕੁਮ ਖਾਨ ਸਾਹਿਬ ਠੀਕ ਹੋ ਸ਼ੁਕਰ ਅੱਲਾ ਠੀਕ ਠਾਕ ਸੋ ਸੁਣਾਓ ਠੀਕ ਠਾਕ ਸਾਂ ਇਹ ਸਰਕਾਰੀ ਹਸਪਤਾਲ ਹੈ ਕੋ ਰੱਟੀ ਚੁੰਗੀ ਕੋਲ ਰਹਿਣੇ ਆ ਅੱਛਾ ਜੀ ਜੀ ਇਹ ਗੱਲ ਬਾਤ ਠੀਕ ਹੈ ਇਹ ਗੱਲ ਬਸੋ ਤੁਸੀਂ ਮਕਾਮੀ ਕਿਹੜੇ ਰਹਿਣੇ ਲਿਓ ਅਸਾਂ ਪਿੱਛੇ ਦੀਰ ਨੇ ਆ ਦੀਰ ਨੇ ਰਹਿਣੇ ਲਿਓ ਦੀਰ ਕਸ਼ਮੀਰ ਚ ਪਾਕਿਸਤਾਨ ਜਿਹੜਾ ਆ ਪਾਕਿਸਤਾਨ ਹੀ ਚ ਪਾਕਿਸਤਾਨ ਨਾ ਠੀਕ ਹੈ ਇਹ ਗੱਲ ਬਸੋ ਜਿਹੜਾ ਬਕਰਾ ਆ ਇਸਦੀ ਕੀਮਤ ਕੀ ਆ ਇਹ ਆਪੂ ਅਸਾਂ 3 ਲੱਖ ਨਾਲ ਆਂਦਾ ਆ 3 ਲੱਖ ਸੇ ਤੂੰ ਆਂਦਾ 3 ਹੈ ਤੂੰ ਸਰਦਾਰਾਂ ਕੋਲੋਂ ਅੱਛਾ ਤੇ ਮਾਰਨਾ ਹੈ ਕੀ ਕਰਨਾ ਆ ਆ ਮੈਂ ਬਸ ਖੀਰ ਕੀ ਕਰਨਾ ਅੱਛਾ ਮਾਰਨਾ ਸ਼ਰਨਾ ਨਹੀਂ ਅੱਛਾ ਇਧਰ ਕੋ ਤੇ ਫਿਰਨੇ ਸੋ ਸੜਕਿਆ ਪਰ ਆ ਮੈਂ ਇਧਰ ਕੋ ਆਦਾ ਥੋੜੀ ਜਿਹਾ ਇੰਜੋਏ ਕਰਨੇ ਸਾ ਮੈਂ ਫਿਰੀ ਟੂਰੀ ਕਿਨਾ ਥੋੜੀ ਲੱਤਾਂ ਢਿੱਲੀਆਂ ਹੋਈ ਜਾਂ ਅੱਛਾ ਹਾਂ ਇਹ ਗੱਲ ਬਸ ਤੁਸੀਂ ਸ਼ੁਰੂ ਤੋਂ ਬੱਕਰੀਆਂ ਦਾ ਸ਼ੌਂਕ ਹੈ ਜੀ 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 ਇਸ ਦੀ 7 ਬੱਕਰੀਆਂ ਹੋਰ ਜਾਂ ਘਰ ਰੱਖੀਆਂ ਇਸ ਲਈ ਕੀਮਤ ਬਸੋ ਕੀਮਤ ਕਿੰਨੀ ਹੈ ਇਹ ਵੇਚਣਾ ਨਾ ਜੇ ਅਗਰ ਵੇਚਾਂ ਵੀ ਤਾਂ 4 ਲੱਖ ਰਾਮ ਸਕੂਨ ਨਾਲ ਲਗਾ ਜਾਣਾ ਦੋ ਤਰ੍ਹਾਂ ਕੀਮਤ ਦੱਸਣੀ ਜੀ ਜੀ ਦੋ ਤਰ੍ਹਾਂ ਪਾਰਟੀਆਂ ਮੰਗੀ ਰਹੀਆਂ ਨਹੀਂ ਦਿੱਤਾ ਹੈ ਇਹ ਤੁਸੀਂ ਮਤਲਬ ਅੰਦਾ ਕਿਤਨੇ ਨਾ ਆਏ 3 ਲੱਖ ਨਾ 3 ਲੱਖ ਨਾ ਮਤਲਬ ਫਿਰ ਵੀ ਸੀ ਕਿਤਨੀ ਹੈ 2.5 ਲੱਖ ਮਹੀਨੇ ਹੋ ਗਏ ਆਨੰਦੇ ਆ ਠੀਕ 2.5 ਮਹੀਨੇ ਹੋ ਗਏ ਤਾਂ ਇਸ ਵਿੱਚ ਖਰਾਕ ਹੈ ਆ ਇਸ ਨੇ ਖਰਾਕ ਦੁੱਧ ਦੇਣੇ ਆ ਸਰ ਅੱਛਾ ਖਲ ਸ਼ਲ ਦਲਾਵਾ ਸ਼ਲਾਵਾ ਸਾਰਾ ਕੁਝ ਦਲ ਕਰਾਈ ਉਹਨੇ ਨਾ ਫਿਰ ਮਿਕਸ ਕਰ ਲੈ ਬਣਿਆ ਤਾਂ ਖਾਈ ਉਹਨੇ ਬਿਲਕੁਲ ਤਾਂ ਕਹਿੰਦੇ ਉਹ ਦੁੱਧ ਸ਼ੁੱਧ ਬਣਿਆ ਸਾਰਾ ਕੁਝ ਬਣਿਆ ਉਸਕੀ ਜੀ 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 ਮਾਸ਼ਾਅੱਲਾ ਖੂਬਸੂਰਤ ਹੈ ਇਹ ਗੱਲ ਬਸੋ ਇਹ ਤੁਸੀਂ ਮਤਲਬ ਇਹ ਬੱਕਰਾ ਕਿੰਨਾ ਜਿੱਥੋਂ ਉਹਨਾਂ ਨੇ ਹੋਰ ਵੀ ਜੇ ਐਨ ਬੱਕਰੇ ਜੀ 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 ਹੋਰ ਬੱਕਰੀਆਂ ਐਨ ਬਗਰੋਟਾ ਸੀ ਸੀ ਕਿ ਇਹ ਵੀ ਨਸਾਂ ਦੇਣੇ ਕੋ 2-3 ਮਹੀਨੇ ਮਗਰ ਲਗੇ ਰਹੇ ਤਾਂ ਕੋਈ ਸਫਾਰਸ਼ਾਂ ਪਈਆਂ ਤਾਂ ਜੇ ਤਾਂ ਦਿੱਤਾ ਤਾਂ ਕਿੰਨੇ ਬੰਦੇ ਤੁਸੀਂ ਮਗਰ ਪਏ ਨੇ ਅਸੀਂ ਬੱਕਰਾ ਦਿਓ ਬੱਕਰਾ ਦਿਓ ਬਸ ਇਸ ਤਰ੍ਹਾਂ ਤਾਂ ਘੱਟ ਤੋਂ ਘੱਟ 15-20 ਬੰਦੇ ਲੱਗੇ ਨੇ ਹੁਣ ਮੈਂ ਖੁਦ ਦੱਕੇ ਨੇ ਬੰਦੇ ਖਲਨੇ ਸੜ ਗਿਆ ਪਰ ਮੰਗਣੇ ਸੰਗ ਵੇਚ ਦੇਣ ਨੂੰ ਭਾਈ ਜੀ ਨਹੀਂ 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 ਅਸਾਂ ਤਾਂ ਕਿਹਾ ਕਿ ਬੰਦੇ ਇਸ ਨੇ ਫਿਲਮਾਂ ਬਣਾਣੇ ਫੋਟੋ ਕੱਢਣੇ ਇਸ ਦੀ ਖਾਸ ਵਜ੍ਹਾ ਕਿ ਉਹਨੇ ਚੰਗਾ ਲੈਣਾ ਜੀ 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 ਤੁਸੀਂ ਕੁਝ ਮੜਿਆ ਕੁਛ ਨਹੀਂ ਕੀਤਾ ਨਾ 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 ਕੁਛ ਕਿਵੇਂ ਨਹੀਂ ਮੜਿਆ ਕੀਤਾ ਠੀਕ ਤਾਂ ਇਸ ਨੇ ਮਤਲਬ ਚੈੱਕ ਕਰ ਸਕਣੇ ਹੋ ਤਾਂ ਇਸ ਨਾਲ ਇਹ ਕਿਆ ਸਿਸਟਮ ਹੋਣਾ ਚਾਹੀਦਾ ਇਹ ਦੜੀ ਕੀ ਆ ਇਹ ਦੜੀ ਨਹੀਂ ਬਗਲ ਹੈ ਬਗਲ ਹੋਣੀ ਹੈ ਜੀ 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 ਇਹ ਬਿੱਤਲ ਬਗਲੀਆਂ ਸਾਰੇ ਚ ਹੋਣੀ ਹੈ ਜੀ 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 ਇਹ ਵੈਸੇ ਕੁਛ ਚੋਣੇ ਕੁਛ ਚ ਨਹੀਂ ਹੋਣੀ ਇਹ ਗੱਲ ਬਸੋ ਇਸ ਨੇ ਅੱਖ ਚਿੱਟੀ ਹੈ ਬਗਲ ਹੈ ਸਿੰਘ ਪਿੱਛੇ ਇਸ ਨੇ ਕੋੜਾ ਹੈ ਪੱਟਾਂ ਪਰ ਬਾਲ ਹੈ ਬਿਲਕੁਲ ਇਹ ਗੱਲ ਬਸੋ ਤੁਸੀਂ ਇਸ ਨੇ ਬਾਰੇ ਜੀ ਮਤਲਬ ਇਸ ਨਾਲ ਕਿੰਨੇ ਮਤਲਬ ਵਜ਼ਨ ਹੋ ਸੀ ਇਸ ਨਾਲ ਮਜ਼ਾ ਕੱਟ ਸੁਕਟ ਆ ਤਾਂ ਕਿ ਮੈਨੂੰ ਜਨਾਬ ਦੀ ਸਿੱਟੀ ਕਰਨਾ ਆ ਜੀ ਵਜ਼ਨ ਕਿਤਨਾ ਕੋ ਸੀ ਕੱਟ ਸੁਕਟ 2 ਮਣ ਤਾਂ ਹੋਣਾ ਚਾਹੀਦਾ 2 ਮਣ ਉਸੇ ਵਜ਼ਨ ਸਨਾ ਜੀ ਜੀ ਵਾਹ ਜੀ ਵਾਹ 2 ਮਣ ਸਨਾ ਜੀ ਵਜ਼ਨ ਹੈ ਤਾਂ ਉਸ ਤੋਂ ਬਾਅਦ ਇਸ ਦੀ ਕੋਈ ਬੰਦਾ ਮੰਗਣਾ ਕੁਰਬਾਨੀ ਪਰ ਕੁਰਬਾਨੀ ਸਾਂ ਦੇਈ ਉਸੋ ਨਹੀਂ ਫਿਲਹਾਲ ਤਾਂ ਨਾ ਦੇਣੇ ਆਪਣੇ ਬਰੀਡਰ ਰਸਤਾ ਰੱਖਿਆ ਅੱਛਾ ਹਾਂ ਆਪਣੀ ਬੱਕਰੀ ਨੇ ਮਾਰਨ ਦਾ ਸ਼ੌਂਕ ਹੈ ਮਤਲਬ ਆਪਣੀ ਨਸਲ ਬੜਾ ਸੋ ਹੋਰ ਮਤਲਬ ਤੁਸੀਂ ਬਰੋਟੇ ਬਰੋਟੀਆਂ ਹੋਸਾਂ ਜੀ ਜੀ ਤਾਂ ਤਰਾ ਤਰਾ ਬੱਕਰੀ ਮਲਾਈ ਦੀਆਂ 2 ਰਹਿਣੀ ਠੀਕ ਹੈ ਅਗਰ ਮਿਲ ਗਿਆ ਤਾਂ ਫਿਰ ਇਨਸ਼ਾਅੱਲਾ ਕੋਸ਼ਿਸ਼ ਕਰਦੇ ਨਾ ਦੇਈ ਤੁਸੀਂ ਇਤਨਾ ਮਹਿੰਗਾ ਚੀਕਿੰਦਾ ਇਸੇ ਖਾਸ ਵਜ੍ਹਾ ਕੈਸੀ ਸ਼ੌਂਕ ਸੀ ਸ਼ੌਂਕ ਸੀ ਸ਼ੌਂਕ ਕਿਤਨੀ ਸ਼ੌਂਕ ਬਹੁਤ ਆਦ ਤੋਂ ਜ਼ਿਆਦਾ ਇੱਕ ਦੋ ਬੰਦੇ ਕੋਲ ਬੱਕਰੀਆਂ ਖੜੀਆਂ ਨੇ ਉਹਨਾਂ ਨੇ ਮਲਾਣ ਦਿੱਤੀਆਂ ਅੱਛਾ ਮੈਂ ਚਲੋ ਇਨਸ਼ਾਅੱਲਾ ਤੁਸੀਂ ਕਹਿਆ ਮੈਂ ਆਪਣਾ ਕਿਨਸਾ ਕਹੇ ਗਏ ਹਾਂ ਇਨਸ਼ਾਅੱਲਾ ਆਪਣਾ ਕਿਨਸਾ ਆਪੇ ਜੇ ਆਪਣੀ ਹੋਣੀ ਹੈ ਨਾ ਠੀਕ ਉਸ ਤੋਂ ਬਾਅਦ ਤੁਸੀਂ ਇਹ ਦੱਸੋ ਆਇਆ ਕਿ ਚੀਜ਼ ਹੋਣੀ ਹੈ ਇਸੇ ਬਾਲ ਜਿਹੜੇ ਨਾ ਇਹ ਪੱਟਾਂ ਪਰ ਬਾਲ ਹੋਣੇ ਅੱਛਾ ਇਹ ਬਾਲ ਹੋਣੇ ਨਾ ਜੀ ਜੀ ਇਹ ਆਰ ਆਰ ਬਿੱਤਲ ਬੱਕਰੀ ਕੀ ਹੋਣੇ ਨਾ ਜੀ 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 ਆਮ ਜ਼ਿਆਦਾ ਨਹੀਂ ਹੋਣੇ ਖਾਸ ਖਾਸ ਜਿਹੜੇ ਹੋਣੇ ਉਹਨਾਂ ਕੀ ਹੋਣੀ ਵਾਹ ਜੀ ਵਾਹ ਅੱਲਾ ਇਹ ਬਸੋ ਇਸ ਤਰ੍ਹਾਂ ਕੋਈ ਨਾਂ ਸ਼ਾਇ ਰੱਖਿਆ ਨੇ ਕੋਈ ਨਾਂ ਨਹੀਂ ਇਸੇ ਕੀ ਆਣੇ ਹੋ ਵਾਸੇ ਇਸਕੀ ਬੱਕਰਾ ਹੀ ਆਣੇ ਪਛਤੋ ਕੀ ਆਣੇ ਉਸਕੀ ਪਛਤੋ ਚ ਸਿਰਲੇ ਅੱਛਾ ਹਾਂ ਠੀਕ ਤੁਸਾਂ ਨੇ ਪਸੇ ਹੋਣੇ ਕੋਈ ਬੱਕਰੇ ਇਧਰ ਉਧਰ ਇਹ ਨਸਲ ਨਹੀਂ ਹੈ ਇਹ ਨਸਲ ਕੋਣੀ ਇਹ ਨਸਲ ਚੰਗੀ ਸੋਹਣੀ ਹੈ ਜੀ ਜੀ ਅੱਛਾ ਬੱਕਰੀਆਂ ਕਿਤੇ ਨਸਲਾਂ ਹੋਣੀਆਂ ਪਤਾ ਤੁਸੀਂ ਬੱਕਰੀਆਂ ਨੇ ਕੱਟ ਸੁਕਟ ਤੋਂ 15-20 ਨਸਲਾਂ ਹੋਣੀਆਂ ਨੂੰ ਅੱਛਾ ਸਭ ਤੋਂ ਚੰਗੀ ਕਿਹੜੀ ਹੋਣੀ ਹੈ ਇਸ ਨਸਲਾਂ ਵਿੱਚ ਵੀ ਕੋਈ 10-12 ਨਸਲਾਂ ਹੀ ਆ ਠੀਕ ਸਭ ਤੋਂ ਮਤਲਬ ਇਹ ਬਿੱਤਲ ਜੀ ਨਸਲਾਂ ਹੋਣੀਆਂ ਸਭ ਤੋਂ ਪਹਿਲੇ ਅਗਰ ਹੈ ਤਾਂ ਇਹ ਲੰਬਰ ਹੈ ਬਿਲਕੁਲ ਨਾਜ਼ਰੀਨ ਤੁਸੀਂ ਤਾਂ ਕਿਸੇ ਕੋਲ ਜਿਹੜੇ ਬੰਦੇ ਆ ਸ਼ੌਂਕੀ ਬੱਕਰੀਆਂ ਛੇਕਣੀਆਂ ਨੇ ਇਹ ਤੱਕੋ ਜੀ ਬਰੋਟਾ ਕਿਤਨਾ ਖੂਬਸੂਰਤ ਕਿਤਨਾ ਬੜਾ ਇਹ ਤਾਂ ਹਾਂ ਸਭ ਰੱਖੇ ਆ ਮਾਸ਼ਾਅੱਲਾ ਤੱਕੀ ਦਿਲ ਖੁਸ਼ ਹੋਣਾ ਜੀ ਵਾਹ ਜੀ ਵਾਹ
तक जी। वाह जी वाह। नहीं मारना नहीं मारना, मैं कपड़े खराब निकल गए। तक जी नाजरीन आने मारना ही मिलना डर है। जी नाजरीन तुसीं दस्या सी बरोटा पहले, ओह बरोटा बहुत खूबसूरत सी। असां अगे आए आ रट्टे नक्की मकाम पर, इत्थे दस्सने आ बकरियां दा मतलब इन्हां भाइयां रखी बकरियां और मनी मार रखे ने। बड़ा खूबसूरत माहौल है ये पूरा, ये भी देसी माहौल है। जुड़ने तुसें गी यह दस्सने आ अज्ज असां पूरी सारी बकरियां आह्ली वीडियो है, तुसीं बकरियां दस्सी रहे असां। उम्मीद करने अज्ज एह वीडियो तुसीं लड़ी बड़ी सोहनी, जे बकरियां दे शौकी बंदे होना तां तुसीं बकरियां जरूर पसंद करने। उस जुड़ने अग्गे भाई और जी कह जनाब ठीक हो ना, कह सौ तारफ जनाब जी, क्या नाम सुना? शाबान नाम है। शाबान नाम है, क्या जगह सुना? तलक है लूणा सान जी। लूणा सान जी मतलब कठार नाम तलक है। हां जी। ते ए करो बिल से दसो बकरियां आ देख रहे हो भाई। अच्छा ए परोटा नहीं? हां जी परोटा है। ए इसकी क्या कीमत है? कोई इसकी कीमत है कोई 40-45,000 ठीक। मतलब भेजे रखे हैं या वैसे चौंके रखे हैं? डंगर पूरा देसी फुल देसी माहौल है। ऐ डंगर चेक करने उसो, ए गईयां रखियां ने। अल्लाह ए गल बसो, ए इसको बचा दिया जा। ना ना कोई नहीं आना कब कोई नहीं। ए तो को जी गां तक को उस तो बाद को ए बच्चा ने, ते ए मनिया केड़ी नस्ल नियां को दूध देनियां जा जी। हां दूध आलियां ना। हां हां बड़ी गल है। वाह जी वाह कमाल हो गया मेरा। ए तो को जी माशाल्लाह बड़ा खूबसूरत सिस्टम है। उस तो बाद तक जी ए कट्टी कट्टी है ना। अच्छा इन्हें क्या खुराक बने हो? ये नहीं नीला पट्टा। ओ हो नसी की है सावा खाल पड़ा। अच्छा एक कट्टा कट्टी है? कट्टी है। वाजवे दोए मनी सुई कट्टियां सुई है तो कहां दोए दोए कट्टियां। मुबारक से बोल पड़ी। चलो दूध अभी सो बेचे या पीने हो? बेचने भी या पीने भी। कितना किलो देने हो इधर? 140। 140 चलो ठीक है 140 है, मतलब गरीब बंदे चलो इन्होंने भी सिस्टम बिक्री छना या। ते नाल से दसने आ परोटियां निकी निकी आ निकी ने चाने होने सो परोटियां संगे आज वो भी दसने आ डकियां इने खोलने आ हुन। ते इने ए रानियां डकियां इने खोलने आ इने की बकरियां दूध पियाले आ। तको जी इने ता डकिया ने ए पुछी पता अंगरे करने ने कई उधर जाने कई उधर जाने ने। ते इने की ता डके आने ते इने खोलने आ हुन ते बकरियां ने दूध पियाले आ। तको जी परोटियां वाह जी वाह। तको नाजरीन इन्हें ना कोई रखे होने? ना शाह को नहीं रखे। तको जी ये एक पुरानी याद है निके ना चाने और खेने होने सा चाने होने सा ते बढ़िया खूबसूरत पर मंसूर सा कोई ना रखे होड़ा ना जनाब। ये बिल्लो है और रानी ने वो जबरदस्त बिल्लो रानी वाह जी माया। ये हां एक इसने माया ये टाइप और। अच्छा ये ये दूध पी थी ये दूध लेने जी दूध पियो। तको जी ये ढके नहीं किया इसने देखे ता से जे मुखल में क्या वजह शरारती है बड़ी दुआ जाना था ने इस तरह। वाह जी वाह। तको जी नाजरीन इतना मतलब ये चित्रे लगी सी मतलब भूख लगी सी दूध पीनी है ना अट्टे में दूध देने इसकी। वैसे तो पता है मैं दोने रहने ने कड़ी एक अंगरे करने रहने दे अरे बनिया इन हट जाना चाहिए तकने उसो। तको जी कितना कुकड़ प्यार करना मतलब मंजी नाल तको जी। वाह जी वाह ये भी कमाल हो गया। ये तो को जी पूरा देसी माहौल है एक। वाह जी वाह। तको जी कट्टे कटियां ब्रूटियां रोड पर। अच्छा ब्रूटियां रोड है। अस्सलाम वालेकुम। वाले अस्सलाम जी और ठीक ठाक हो? अल्लाह पाक का शुक्र है। ये क्या कुछ करियो सट्टी पौड़ी भी नहीं हला हैर करे अच्छा माल चाड़ी दियो तो ये जे माल ने ये कुछ ने ये तो सरला ने। अच्छा करा वेश बनी गया अल्लाह तआला ने जन्नत अल्लाह मकाम दा फरमाए। अच्छा 19 कोठी है ये जा तो सरो सावरी कोठी है हुन ठकणा ਇਤਾ ਸ਼ਬਦ ਦਾ ਰੇ ਬੁਲਾ ਹੋਰ ਠੀਕ
तो तू समझ मालक उधर पूछ जाने हो आप उधर क्या क्या चीज रखी हुई ने गईया जा रखी हुई त्रै जा गईया रखी ने तो जट जमदार चौधरी आह जट जमदार वाह जी वाह आज अभी तो पुराना सिस्टम है कितने से तू मनियो मार रखे ने 40-50 साल से चाली पचास साल वैसे अक्सर तो बंदे खत्म करने जाने बिल्कुल खाली गईया रखी या मनी नाले ठीक है उम्र कितनी होती ਉਮਰ ਹੋਸੀ ਦਾ 60 ਸਾਲ ਹੋ ਜੀ 60 ਸਾਲ ਕੋਦਾ ਬਾਹਰ ਵੀ ਕੰਮ ਕੀਤਾ ਨੇ ਆਪਨੇ ਲੱਗੇ ਰਹੋ ਆਪਨੇ ਲੱਗੇ ਬਾਹਰ ਹੀ ਜਾਇਰਾ ਬਾਹਰ ਕੋਣੀ ਬਾਹਰ ਰੁਕ ਗਿਆ ਕੋਲ ਤੇ ਤੁਸਾਂ ਕੋ ਗਿਆ ਹੋਸੀ ਨਾ ਕੋਈ ਜੀ ਰੱਟੇ ਤੇ ਸਾਰੇ ਆਣੇ ਇੰਗਲੈਂਡ ਹੋਣੀ ਨਾ ਰੱਟੇ ਨੇ ਰੋੜੇ ਬੇਕਾਰ ਰਹੇ ਸੋ ਕਰ ਰਹੇ ਹੋ ਇਹ ਕਰ ਰਹੇ ਯਾਰ ਵਾਹ ਜੀ ਯਾਰ ਇਹ ਜਨਾਂ ਨੂੰ ਜਾਉਂ ਜਰਾ ਆਹਾਂ ਚਾਹ ਬਾਹਰ ਜਣਾ ਇਹ ਜਿਸ ਜਦੋਂ ਆਹਾਂ ਨਾ ਜਾਉ ਆਹਾਂ ਤਾਂ ਸੋ ਡੰਗਰ ਜਾ ਰੋ ਅੱਛਾ ਇਹ ਮਿੱਟੀ ਮੰਝ ਡੰਗਰਾਟ ਬਣਿਓ ਆਹਾਂ ਉੱਥੇ ਇਹ ਕਿਆ ਖਾਕਾ ਆ ਖਾਕਾ ਆ ਵਾਹ ਜੀ ਵਾਹ ठीक ठाक कोई स्कूल तो नहीं सारे काटी गयो मिशा के किदी बड़े हो बड़े हो पांच छह एक जी आज पढ़े भी है काम कर रहे हैं अनपढ़ भी है काम कर रहे बराबर सारा सिस्टम है क्या हाल है नौकरियां सिस्टम भी कोना बिल्कुल क्या बने हो कल किस्मत दी है पढ़े आगा तो पढ़ गए बिल्कुल कहीं ना पढ़े तो के खोलते रहते बिल्कुल बिल्कुल ये गल ठीक है सुनी ये बस चलना इतना चलो ये गल ना शाह बना लिखी वो बड़ी गल है तो क्या हुआ सट सोना प्यारी बूटे हुई हो क्या वजह कोई परेशानी रही है वाह जी वाह झोल की जी सिद्ध है सर्दी जी भी है खत्म हुई है इस इलाके च हूँ मौसम बदली गया काफी मौसम चेंज हो गया मेहरबानी शुक्रिया जनाब।